ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਦੂਜਾ ਦਿਨ ਵੀ ਕਾਫੀ ਹੰਗਾਮੇਦਾਰ ਰਹਿਣ ਵਾਲਾ ਕਿਉਂਕਿ ਵਿਰੋਧੀਆਂ ਦੇ ਵੱਲੋਂ ਸਦਨ ਦੇ ਵਿੱਚ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਭਰੋਸਗੀ ਮਤੇ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਸਰਕਾਰ ਘੇਰੀ ਜਾਵੇਗੀ। ਦੱਸ ਦਈਏ ਕਿ ਮੰਗਲਵਾਰ ਨੂੰ ਸੀਐਮ ਭਗਵੰਤ ਮਾਨ ਦੇ ਵੱਲੋਂ ਭਰੋਸਗੀ ਮਤਾ ਸਦਨ ਦੇ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਇਸ ਨੂੰ ਲੈ ਕੇ ਅੱਜ ਵਿਰੋਧੀਆਂ ਦੇ ਨਿਸ਼ਾਨੇ ਤੇ ਮਾਨ ਸਰਕਾਰ ਹੋਏਗੀ, ਪੰਜਾਬ ਸਰਕਾਰ ਹੋਏਗੀ। ਵਿਰੋਧੀਆਂ ਦੇ ਵੱਲੋਂ ਸੈਸ਼ਨ ਦੇ ਵਿੱਚ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਦੱਸ ਦਈਏ ਕਿ 2 ਵਜੇ ਸੈਸ਼ਨ ਦੀ ਕਾਰਵਾਈ ਸ਼ੁਰੂ ਹੋ ਜਾਵੇਗੀ, 2 ਵਜੇ ਸੈਸ਼ਨ ਸ਼ੁਰੂ ਹੋਵੇਗਾ। ਇਸੇ ਦੌਰਾਨ ਹੰਗਾਮਾ ਹੋਏਗਾ। ਵਧੇਰੀ ਜਾਣਕਾਰੀ ਲਈ ਮੇਰੇ ਸਹਿਯੋਗੀ ਵਨੀਤ ਫੋਨ ਲਾਈਨ ਤੇ ਜੁੜ ਚੁੱਕੇ ਨੇ। ਵਨੀਤ, ਅੱਜ ਦਾ ਸੈਸ਼ਨ ਦੀ ਕਾਰਵਾਈ ਕਿਸ ਤਰੀਕੇ ਨਾਲ ਹੋਵੇਗੀ ਤੇ ਵਿਰੋਧੀਆਂ ਦੀ ਕੀ ਰਣਨੀਤੀ ਹੋਵੇਗੀ? ਦੇਖੋ ਦੇਖੋ ਸਿੱਧੇ ਤੌਰ ਤੇ ਵਿਰੋਧੀਆਂ ਦੀ ਜੇਕਰ ਗੱਲ ਕਰੀਏ ਤੇ ਮਾਈਨਿੰਗ ਦੇ ਮਸਲੇ ਤੇ ਵਿਰੋਧੀ ਜਿਹੜੇ ਨੇ ਉਹ ਸਿੱਧੇ ਤੌਰ ਤੇ ਭਗਵੰਤ ਮਾਨ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਸਕਦੇ ਨੇ। ਇਸ ਤੋਂ ਇਲਾਵਾ ਜਿਸ ਢੰਗ ਦੇ ਨਾਲ 3 ਮਸਲਿਆਂ ਨੂੰ ਲੈ ਕੇ ਸੈਸ਼ਨ ਬੁਲਾਇਆ ਗਿਆ ਸੀ, ਕਿਉਂਕਿ ਜਦੋਂ ਰਾਜਪਾਲ ਦੀ ਤਰਫੋਂ ਸੈਸ਼ਨ ਦਾ ਬਿਓਰਾ ਮੰਗਿਆ ਗਿਆ ਸੀ ਤੇ ਉਹਨਾਂ 3 ਮਸਲਿਆਂ ਦੇ ਵਿੱਚ GST ਦਾ ਮਸਲਾ ਸੀ, ਪਰਾਲੀ ਦਾ ਮਸਲਾ ਸੀ, ਇਸ ਤੋਂ ਇਲਾਵਾ ਬਿਜਲੀ ਦਾ ਮਸਲਾ ਸੀ। ਲੇਕਿਨ ਜਿਹੜਾ ਵਿਸ਼ਵਾਸ ਮਤ ਸਰਕਾਰ ਦੀ ਤਰਫੋਂ ਪੇਸ਼ ਕੀਤਾ ਗਿਆ ਉਸਨੂੰ ਲੈ ਕੇ ਪਹਿਲੇ ਦਿਨ ਵੀ ਵਿਰੋਧ ਹੋਇਆ ਔਰ ਅੱਜ ਵੀ ਜਦੋਂ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਊਗੀ ਉਸ ਸਮਾਂ ਵੀ ਵਿਰੋਧ ਜਿਹੜਾ ਉਹ ਵੇਖਣ ਨੂੰ ਮਿਲ ਸਕਦਾ ਹੈ। ਇਸ ਤੋਂ ਇਲਾਵਾ ਕੁਛ ਹੋਰ ਵੀ ਘਟਨਾਵਾਂ ਹੋਈਆਂ ਨੇ, ਜਿਸ ਢੰਗ ਦੇ ਨਾਲ ਪਠਾਨਕੋਟ ਹਸਪਤਾਲ ਦੀ ਘਟਨਾ ਸਾਹਮਣੇ ਆਈ ਹੈ, ਹੋਰ 2-3 ਵੱਡੇ ਮੁੱਦੇ ਨੇ ਜਿਸ ਨੂੰ ਲੈ ਕੇ ਵਿਰੋਧੀ ਧਿਰ ਨੇ ਪ੍ਰੋਪਰ ਰਣਨੀਤੀ ਬਣਾਈ ਹੈ ਔਰ ਇਸ ਰਣਨੀਤੀ ਦੇ ਤਹਿਤ ਵਿਰੋਧੀ ਧਿਰ ਜਿਹੜੀ ਹੈ ਉਹ ਸੱਤਾ ਧਿਰ ਨੂੰ ਘੇਰਨ ਦੀ ਕੋਸ਼ਿਸ਼ ਕਰੇਗੀ। ਵਨੀਤ, ਭਰੋਸਗੀ ਮਤੇ ਨੂੰ ਲੈ ਕੇ ਸਰਕਾਰ ਦਾ ਜਾਂ ਵਿਰੋਧੀਆਂ ਦਾ ਕੀ ਨਿਸ਼ਾਨਾ ਰਹੇਗਾ ਜਾਂ ਵਿਰੋਧੀ ਕਿਸ ਤਰੀਕੇ ਨਾਲ ਸਰਕਾਰ ਨੂੰ ਘੇਰਨਗੇ? ਦੇਖੋ ਭਰੋਸਗੀ ਮਤਾ ਜਿਹੜਾ ਉਹ ਸਦਨ ਦੇ ਵਿੱਚ ਪੇਸ਼ ਹੋ ਚੁੱਕਿਆ। ਹਾਲਾਂਕਿ ਭਰੋਸਗੀ ਮਤੇ ਨੂੰ ਲੈ ਕੇ ਵਿਰੋਧੀ ਧਿਰ ਦੀ ਜੇਕਰ ਗੱਲ ਕਰੀਏ ਤੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਵਿਰੋਧੀ ਧਿਰ ਕਹਿ ਰਹੇ ਕਿ ਜੇਕਰ ਤੁਹਾਡੇ ਕੋਲ ਸਬੂਤ ਹੈਗੇ ਨੇ ਤਾਂ ਤੁਸੀਂ ਸਬੂਤ ਜਿਹੜੇ ਨੇ ਜਨਤਕ ਕਰੋ, ਤੁਸੀਂ ਟੈਲੀਫੋਨ ਨੰਬਰ ਜਨਤਕ ਕਰੋ, ਤੁਸੀਂ ਉਹਨਾਂ ਬੰਦਿਆਂ ਦੇ ਨਾਂ ਜਨਤਕ ਕਰੋ ਜਿਹੜੇ ਬੰਦਿਆਂ ਦੀ ਤਰਫੋਂ ਤੁਹਾਨੂੰ ਫੋਨ ਕਰਕੇ ਅਪਰੋਚ ਕੀਤੀ ਗਈ ਹੈ ਤੇ ਇਸ ਮਤੇ ਨੂੰ ਇਸ ਮਸਲੇ ਨੂੰ ਲੈ ਕੇ ਵਿਰੋਧੀ ਧਿਰ ਜਿਹੜੀ ਹੈ ਸੱਤਾ ਧਿਰ ਨੂੰ ਘੇਰਨ ਦੀ ਕੋਸ਼ਿਸ਼ ਕਰ ਸਕਦੀ ਹੈ। ਹਾਲਾਂਕਿ ਸੱਤਾ ਧਿਰ ਦਾ ਕਹਿਣਾ ਹੈ ਕਿ ਉਹ ਸਾਰੇ ਸਬੂਤ ਜਿਹੜੇ ਨੇ ਜਨਤਕ ਕਰਨਗੇ ਲੇਕਿਨ ਸਮਾਂ ਆਉਣ ਦੇ ਉੱਪਰ ਤੇ ਆਹ ਮਸਲਾ ਜਿਹੜਾ ਵਿਰੋਧ ਦਾ ਵਿਸ਼ਾ ਜ਼ਰੂਰ ਬਣ ਸਕਦਾ ਹੈ ਲੇਕਿਨ ਓਵਰਆਲ ਸੈਸ਼ਨ ਦੀ ਪਹਿਲੇ ਦਿਨ ਦੀ ਕਾਰਵਾਈ ਨੂੰ ਵੇਖਿਆ ਗਿਆ ਵੈਸੇ ਤੇ ਜਿਸ ਢੰਗ ਦੇ ਨਾਲ ਪਹਿਲੇ ਦਿਨ ਦੀ ਕਾਰਵਾਈ ਦੇ ਵਿੱਚ ਵਿਰੋਧ ਹੋਇਆ ਸੀ ਪਹਿਲੇ ਦਿਨ ਦੀ ਕਾਰਵਾਈ ਜਿਹੜੀ ਹੈ ਹੰਗਾਮੇਦਾਰ ਰਹੀ ਉਸੇ ਤਰ੍ਹਾਂ ਨਾਲ ਦੂਜੇ ਦਿਨ ਦੀ ਕਾਰਵਾਈ ਅੱਜ ਜਦੋਂ 2 ਵਜੇ ਸ਼ੁਰੂ ਹੋਏਗੀ ਤੇ ਪੂਰੀ ਤਰ੍ਹਾਂ ਨਾਲ ਹੰਗਾਮੇਦਾਰ ਰਹਿਣ ਦੇ ਆਸਾਰ ਨੇ ਤੇ ਬੀਜੇਪੀ ਦੇ ਵੱਲੋਂ ਬਾਈਕਾਟ ਜਿਹੜਾ ਸੈਸ਼ਨ ਦਾ ਜਾਰੀ ਰਹੇਗਾ? ਬਿਲਕੁਲ, ਬੀਜੇਪੀ ਆਪਣੀ ਅਗਲੀ ਰਣਨੀਤੀ ਜਿਹੜੀ ਹੈ ਉਹਨਾਂ ਨੇ ਡਿਸਕਲੋਜ਼ ਕਰੀ ਸੀ ਕਿ ਉਹ ਅਗਲੀ ਰਣਨੀਤੀ ਬਣਾਉਣਗੇ ਔਰ ਉਹ ਕਿਤੇ ਨਾ ਕਿਤੇ ਆਪਣੇ ਪੈਰਲਰ ਸੈਸ਼ਨ ਵੀ ਚਲਾਉਂਦੇ ਰਹਿਣਗੇ ਔਰ ਜਨ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਸੜਕ ਤੋਂ ਲੈ ਕੇ ਸੰਸਦ ਤੱਕ ਘੇਰਨ ਦੀ ਕੋਸ਼ਿਸ਼ ਵੀ ਕਰਨਗੇ। ਤੇ ਉਹਨਾਂ ਨੇ ਆਪਣੀ ਰਣਨੀਤੀ ਬਣਾਈ ਹੈ, ਕਾਂਗਰਸ ਆਪਣੀ ਰਣਨੀਤੀ ਬਣਾ ਕੇ ਚੱਲ ਰਹੀ ਹੈ, ਅਕਾਲੀ ਦਲ ਨੇ ਵੀ ਆਪਣੀ ਰਣਨੀਤੀ ਬਣਾਈ ਹੈ ਲੇਕਿਨ ਸੈਸ਼ਨ ਦੇ ਸਮਾਂ ਤੇ ਹੀ ਸਾਰੀ ਰਣਨੀਤੀ ਜਿਹੜੀ ਹੈ ਡਿਸਕਲੋਜ਼ ਕੀਤੀ ਜਾਊਗੀ ਕਿ ਕਿਸ ਢੰਗ ਦੀ ਸੈਸ਼ਨ ਦੇ ਬਾਹਰ ਇਹਨਾਂ ਦੀ ਰਣਨੀਤੀ ਰਹਿੰਦੀ ਹੈ ਵਿਰੋਧੀ ਧਿਰ ਦੀ ਔਰ ਕਿਹੜੇ ਕਿਹੜੇ ਮਸਲਿਆਂ ਨੂੰ ਲੈ ਕੇ ਵਿਰੋਧੀ ਧਿਰ ਜਿਹੜੀ ਆ ਸੱਤਾ ਧਿਰ ਤੇ ਹਾਵੀ ਹੁੰਦੀ ਹੋਈ ਨਜ਼ਰ ਆਊਗੀ। तमाम जानकारी लिए शुक्रिया वनीता। आज विधानसभा सैशन का दूजा दिन है, दूजे दिन भी काफ़ी हंगामा रहेगा। विरोधियों के वलों सरकार को घेरन की तैयारी की जा रही है। दस दी कि मंगलवार को सीएम मान के वलों भरोसगी मता पेश किया गया। उन्होंने दोष लाया से कि बीजेपी उन्होंने सरकार को डिगण की कोशिश कर रही है। उन्होंने दोष लाया से कि बीजेपी की इस कोशिश कांग्रेस भी उन्होंने साथ दे रही है। भरोसगी के प्रस्ताव से अज चर्चा रहेगी। 3 अक्तूबर को दसा जा रहा है कि वोटिंग भी हो सकती है। तो विरोधी धिर के वलों विश्वास मत को लेकर हंगामा होगा। सरकार को घेरन की पूरी तरीके तैयारी की गई है। बीजेपी के वलों सैशन का बाइकाट रहेगा जबकि कांग्रेस के वलों सदन के सरकार को घेरन की पूरी तरीके तैयारी रहेगी। गुरु समीर जी, तुहाडे शहर च पहली बार अद्भुत शक्ति चमत्कार देखो। देश विदेश बैठे सानू व्हाट्सएप ते भी कॉल कर सकते हैं। घर बैठे 11 मिनटां च 101% गारंटी नाल वशीकरण अते मुठकरनी दे माहर। सब तो पहला काम करन दा वादा कहंदे नहीं करके दिखाउंदे आ। नौकरी प्रमोशन कारोबार च परेशानी घर च झगड़ा बरकत औलाद कहने तो बाहर होना कोर्ट केस तलाक प्रॉपर्टी डिस्प्यूट गुप्त रोग पुराना दर्द पति पत्नी च अणबन जादू टोना मनमोहनी वशीकरण करवाओ या तुड़वाओ सोतन दुश्मन तो छुटकारा सदा ले रुस्से नु मनाउणा प्यार मोहब्बत संपर्क करो 9958635478।